ਇਸ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਨੂੰ ਬਿਜਲੀ ਬੋਰਡ ਦੀ ਲਾਪਰਵਾਹੀ ਕਹੀਏ ਜਾਂ ਬੱਸ ਚਾਲਕ ਦੀ ਅਣਗਹਿਲੀ, ਪਰ ਉਸ ਇੱਕ ਅਣਗਹਿਲੀ ਨੇ ਇੱਕ ਹੋਨਹਾਰ ਵਿਦਿਆਰਥੀ ਨੂੰ ਲਾਚਾਰ ਤੇ ਨਕਾਰਾ ਬਣਾ ਕੇ ਰੱਖ ਦਿੱਤਾ। ਪੜ੍ਹਾਈ ਕਰਕੇ ਆਪਣੇ ਗਰੀਬ ਮਾਪਿਆਂ ਦਾ ਸਹਾਰਾ ਬਣਨ ਦਾ ਸੁਪਨਾ ਲੈ ਰਿਹਾ ਇੱਕ ਨੌਜਵਾਨ ਵਿਦਿਆਰਥੀ ਅੱਜ ਮੰਜੇ ਤੇ ਪਿਆ, ਆਪਣੀ ਹੋਣੀ ਤੇ ਹੰਝੂ ਵਹਾ ਰਿਹਾ ਏ। ਉਸਦੇ ਗਰੀਬ ਮਾਪੇ ਉਸਦੀ ਹਾਲਤ ਨੂੰ ਵੇਖ ਕੇ ਅੰਦਰੋਂ ਅੰਦਰੀ ਤੜਪਣ ਤੋਂ ਸਿਵਾਏ ਹੋਰ ਕੁਝ ਵੀ ਕਰਨ ਤੋਂ ਅਸਮਰੱਥ ਨੇ। ਅੱਜ ਤੋਂ ਕਰੀਬ 3 ਸਾਲ ਪਹਿਲਾਂ ਇਹ ਭਾਣਾ ਕੀ ਵਰਤਿਆ, ਆਓ ਤੁਹਾਨੂੰ ਦੱਸਦੇ ਹਾਂ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਦਾ ਨੌਜਵਾਨ ਗੁਰਵਿੰਦਰ ਸਿੰਘ, ਜਿਸਨੇ 10ਵੀਂ ਜਮਾਤ ਵਿੱਚੋਂ ਪਾਸ ਹੋ ਕੇ ਅੱਗੇ 11ਵੀਂ ਜਮਾਤ 'ਚ ਦਾਖਲਾ ਲਿਆ, ਹਰ ਰੋਜ਼ ਪਿੰਡੋਂ ਲੰਘਦੀ ਇੱਕ ਮਿੰਨੀ ਬੱਸ ਰਾਹੀਂ ਉਹ ਸਕੂਲ ਜਾਣ ਲੱਗਿਆ। ਇੱਕ ਦਿਨ ਐਸਾ ਆਇਆ ਕਿ ਉਸ ਬੱਸ 'ਚ ਭੀੜ ਜ਼ਿਆਦਾ ਹੋਣ ਕਾਰਨ ਉਸਨੂੰ ਬੱਸ ਦੀ ਛੱਤ 'ਤੇ ਬੈਠਣਾ ਪਿਆ ਅਤੇ ਰਸਤੇ 'ਚ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਉਹ ਉਹਨਾਂ ਵਿੱਚ ਅੜ ਕੇ ਬੱਸ ਦੀ ਛੱਤ ਤੋਂ ਹੇਠਾਂ ਡਿੱਗ ਗਿਆ। ਉਸਦੇ ਇਲਾਜ ਦੇ ਬਾਵਜੂਦ ਉਹ ਆਪਣੇ ਲੱਤਾਂ 'ਤੇ ਖੜ੍ਹਾ ਨਹੀਂ ਹੋ ਸਕਿਆ ਕਿ ਉਸਦੇ ਸਰੀਰ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਨਕਾਰਾ ਹੋ ਗਿਆ ਅਤੇ ਉਹ ਉਸਦੇ ਹੱਥ ਵੀ ਕੰਮ ਕਰਨੇ ਛੱਡ ਚੁੱਕੇ ਹਨ। ਗੁਰਵਿੰਦਰ ਸਿੰਘ ਖੁਦ ਨਾ ਕੁਝ ਖਾ ਪੀ ਸਕਦਾ ਹੈ ਅਤੇ ਨਾ ਹੀ ਚੱਲ ਫਿਰ ਸਕਦਾ ਹੈ। ਮੈਂ 10ਵੀਂ ਪਾਸ ਕਰਕੇ 11ਵੀਂ ਲੱਗਾ ਸੀ, ਸਕੂਲ ਜਾਂਦਾ ਸੀ, ਬੱਸ 'ਤੇ ਬੈਠਾ ਸੀ, ਬਿਜਲੀ ਤਾਰ ਨੀਵੀਂ ਸੀ, ਉਹ ਗੱਲ 'ਚ ਪੈ ਗਈ ਅਤੇ ਬੱਸ ਤੋਂ ਡਿੱਗ ਪਈ। ਉਦੋਂ ਬਾਅਦ ਸੱਟ ਲੱਗ ਗਈ, ਹੁਣ ਤਾਂ ਇਹ ਰੋਟੀ ਪਾਣੀ ਵੀ ਨਹੀਂ ਖਾਧਾ, ਚੱਲਿਆ ਨਹੀਂ ਆਉਂਦਾ। ਕਿੰਨਾ ਤੁਰਿਆ ਨਹੀਂ? ਕਿੰਨੇ ਕੁ ਸਾਲ ਹੋ ਗਏ? 3 ਸਾਲ ਹੋ ਗਏ। ਬਸ ਇੱਦਾਂ ਬੈਠਤੀ? ਹਾਂਜੀ। ਅਤੇ ਹੱਥ ਵਗੈਰਾ ਕਿੱਦਾਂ ਤੁਹਾਡੇ ਕੰਮ ਕਰਦੇ ਹੋ? ਨਹੀਂ ਕੰਮ ਨਹੀਂ, ਇੱਦਾਂ ਹੀ ਹੈ। ਹਾਂਜੀ ਇੱਦਾਂ ਹੀ ਰਹਿੰਦੇ। ਵੀਰ ਜੀ ਬੱਸ 'ਤੇ ਸਕੂਲ ਚੱਲਿਆ ਸੀ, ਪੇਪਰ ਦੇਣ, ਬੱਸ ਤੋਂ ਡਿੱਗ ਪਿਆ, ਨੀਵੀਂ ਸੀ ਤਾਰ, ਗੱਲ 'ਚ ਪੈ ਗਈ ਅਤੇ ਕੋਈ ਬੱਸ ਵਾਲਿਆਂ ਨੇ ਸਾਡੀ ਨਾ ਇਹਨੂੰ ਚੱਕਿਆ ਹੋਣੀ, ਲੈ ਕੇ ਹੋਣੀ ਗਿਆ ਕਿਤੇ, ਨਾ ਸਾਡੀ ਬਿਜਲੀ ਵਾਲਿਆਂ ਨੇ ਗੱਲ ਸੁਣੀ ਕੋਈ ਅਤੇ ਨਾ ਹੀ ਸਾਡੀ ਬੱਸ ਵਾਲਿਆਂ ਨੇ ਕੋਈ ਮਦਦ ਕੀਤੀ ਆ। ਹੁਣ ਤੱਕ ਕਿੰਨਾ ਕੁ ਟਾਈਮ ਹੋ ਗਿਆ ਔਰ ਕਿੰਨਾ ਖਰਚਾ ਤੁਹਾਡਾ ਆ ਗਿਆ? 3 ਸਾਲ ਹੋ ਗਏ ਵੀਰ ਜੀ ਇਹਨੂੰ, ਅਤੇ ਸਾਡਾ ਬਹੁਤ ਹੀ ਖਰਚਾ ਹੋ ਗਿਆ, 3-4 ਲੱਖ ਰੁਪਇਆ ਤਾਂ ਅਸੀਂ ਇੱਕ ਘਰ ਦਾ ਹੀ ਦੇਣਾ, ਬਹੁਤ ਹੀ ਸਾਡੇ ਵੀ ਹਾਲਾਤ ਮਾੜੇ ਹੋਏ ਪਏ, ਹੁਣ ਤਾਂ ਅਸੀਂ ਕਰਕੇ ਵੀ ਨਹੀਂ ਖਾ ਸਕਦੇ, ਅੱਧਾ ਘਰ ਵੀ ਅਸੀਂ ਵੇਚਤਾ ਵੀਰ ਜੀ। ਕੀ ਮੰਗ ਤੁਹਾਡੀ? ਅਸੀਂ ਐਂ ਬੇਨਤੀ ਕਰਦੇ ਹਾਂ ਸਰਕਾਰ ਮੂਹਰੇ, ਕੋਈ ਸਾਡੀ ਮਦਦ ਕੀਤੀ ਜਾਵੇ, ਅਸੀਂ ਆਪਦੇ ਬੇਟੇ ਦਾ ਇਲਾਜ ਕਰਾ ਸਕੀਏ, ਕੋਈ ਮਾੜਾ ਮੋਟਾ ਚੱਲਣ ਤੁਰਨ ਫਿਰਨ ਵਾਲਾ ਹੋ ਜਾਵੇ। ਤੇ ਹੁਣ ਵਕਤ ਨਾਲ ਇਸ ਨੌਜਵਾਨ ਦੇ ਸਰੀਰ ਦੇ ਬਾਕੀ ਅੰਗ ਵੀ ਨਕਾਰਾ ਹੋਣ ਲੱਗ ਪਏ ਹਨ, ਸੋ ਆਖਿਰ 'ਚ ਬੇਤਹਾਸ਼ਾ ਦਰਦ 'ਚੋਂ ਗੁਜ਼ਰ ਰਹੇ ਇਸ ਪਰਿਵਾਰ ਨੇ ਬਸ ਇੱਕ ਮਦਦ ਦੀ ਆਸ ਰੱਖੀ ਹੈ। ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।